ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੁੱਕਰ ਸਵਾਗਤ ਕਰਦਾ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਉਸ ਪਿੰਡ ਦੀ ਜੋ ਪਿੰਡ ਹਵਾ ਵਿੱਚ ਹੈ ਉਸ ਪਿੰਡ ਦੇ ਵਿੱਚ ਨਾ ਬਿਜਲੀ ਦੇ ਮੀਟਰ ਲੱਗੇ ਹੋਏ ਨੇ ਨਾ ਉਸ ਪਿੰਡ ਦੇ ਵਿੱਚ ਵੋਟਰ ਰਹਿੰਦੇ ਨੇ ਨਾ ਉਸ ਪਿੰਡ ਦੇ ਨਾਂ ਤੇ ਜ਼ਮੀਨ ਹੈ ਫਿਰ ਪਿੰਡ ਬਣ ਕਿਵੇਂ ਗਿਆ ਇਹ ਵੀ ਇੱਕ ਅਜੀਬ ਕਹਾਣੀ ਹੈ ਅਸੀਂ ਗੱਲ ਕਰਦੇ ਹਾਂ ਪੂਰਨ ਸਿੰਘ ਨਾਲ ਜਿਨ੍ਹਾਂ ਨੇ ਮਾਮਲਾ ਹਾਈ ਕੋਰਟ ਦੇ ਵਿੱਚ ਉਠਾਇਆ ਤੇ ਹਾਈ ਕੋਰਟ ਦੇ ਵਿੱਚ ਇਹ ਕੇਸ ਜਾਰੀ ਆ ਪੂਰਨ ਸਿੰਘ ਜੀ ਹਵਾਈ ਪਿੰਡ ਇਹਨੂੰ ਆਪਾਂ ਕਹਿ ਸਕਦੇ ਆ ਜਾਂ ਫਿਰ ਆਪਾਂ ਕਹਿ ਸਕਦੇ ਆ ਬਿਨਾ ਹੋਣ ਦਾ ਵਾਲਾ ਪਿੰਡ ਬਿਨਾ ਹੋਣ ਦਾ ਵਾਲਾ ਹੀ ਆ ਵੀ ਪਿੰਡ ਤਾਂ ਹੈ ਹੀ ਨਹੀਂ ਧਰਤੀ ਦੇ ਉੱਤੇ ਹੈ ਨਹੀਂ ਉਹ ਜਿੱਦਾਂ ਆਸ਼ੂਤੋਚ ਸਮਾਦੀ ਵਿੱਚ ਆ ਇਹ ਵੀ ਪਿੰਡ ਸਮਾਦੀ ਵਿੱਚ ਹੀ ਆ ਹਜੇ ਹੂੰ ਤੋ ਹਜੇ ਧਰਤੀ ਦੇ ਉੱਤੇ ਆਇਆ ਨਹੀਂਗਾ ਪਰ ਗਰੰਟਾ ਬਹੁਤ ਆ ਗਈਆਂ ਇੰਨਾ ਕਿ ਇਹਨਾਂ ਦਾ ਹੈਗਾ ਵੀ ਗਰੰਟਾ ਬਹੁਤ ਲੈ ਗਿਆ ਨਰੇਗਾ ਵਿੱਚ 30 ਬੁੜੀਆਂ ਬੰਦੇ ਰੱਖੇ ਉਹਨਾਂ ਦੀਆਂ ਤਨਖਾਹਾਂ ਕਾਈ ਜਾਂਦੇ ਆ ਹੋਰ ਕਈ ਤਰੀਕੇ ਨਾਲ ਠੱਗ ਠੱਗੀਆਂ ਮਾਰੀ ਜਾਂਦੇ ਸਰਕਾਰ ਦੇ ਨਾਲ ਤੇ ਜਾਣ ਕੇ ਵੀ ਸ਼ਾਇਦ ਠੱਗੀ ਸਰਕਾਰ ਮਰਵਾਉਂਦੀ ਸੀ ਇਹਨਾਂ ਕੋਲ ਵੀ ਤੁਸੀਂ ਸਾਡੇ ਘੱਟਾ ਪਾਓ ਅੱਖਾਂ ਵਿੱਚ ਵੋਟਾਂ ਪਾਓ ਤੇ ਬਾਕੀ ਅੱਜ ਜਿਹੜੀ ਬਹਿਸ ਹੋਈ ਆ ਬਹਿਸ ਬਹੁਤ ਵਧੀਆ ਹੋਈ ਆ ਇਹ ਹਾਈ ਕੋਰਟ ਦੇ ਵਿੱਚ ਹੀ ਬਹਿਸ ਹੋਈ ਆ ਤੇ ਬਹੁਤ ਵਧੀਆ ਬਹਿਸ ਤੇ ਬਹੁਤ ਵਧੀਆ ਹੋਊਗੀ ਬਾਕੀ ਹੁਣ ਤਰੀਕ ਦੱਸਿਆ ਦੱਸੀ ਜਾਊਗੀ ਵੀ ਜਸਪਾਲ ਇਹਨੇ ਪਿੰਡ ਕਾਗਜ਼ੀ ਪਿੰਡ ਆਪਾਂ ਕਹਿ ਸਕਦੇ ਹਾਂ ਕਦੋਂ ਬਣਿਆ ਸੀਗਾ ਤੇ ਕਿੰਨਾ ਚਿਰ ਹੋ ਗਿਆ ਬਣੇ ਨੂੰ ਤੇ ਸਰਪੰਚ ਕਦੋਂ ਬਣਿਆ 2012 ਦੇ ਵਿੱਚ ਇਹ ਪਿੰਡ ਐਲਾਨ ਹੋਇਆ। ਹੂੰ। ਤਾਂ ਉਸ ਤੋਂ ਬਾਅਦ 13 ਦੇ ਵਿੱਚ ਇਹਨਾਂ ਨੇ ਆਪਣੀ ਪੰਚਾਇਤ ਜਿਹੜੀ ਆ ਤਿਆਰ ਕਰ ਲਈ। ਸਭ ਸਮਝੀ। ਹਾਂ ਸਭ ਸਮਝੀ ਨਾਲ। ਤੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਤੁਸੀਂ ਆਰਟੀਆ ਨਹੀਂ ਲਈਆਂ ਸਾਰੀਆਂ। ਗਰੰਟਾਂ ਦੇ ਗੱਫੇ ਵੀ ਖਾਲੇ। ਉਹ ਗਰੰਟਾਂ ਕਦੋਂ ਲਈਆਂ ਤੇ ਕਿਸ ਕੰਮ ਵਾਸਤੇ ਲਈਆਂ? ਇਹ ਜਦੋਂ ਇਹਨਾਂ ਨੇ 14 ਤੋਂ ਲੈ ਕੇ 19 ਤੱਕ ਗਰੰਟਾ ਲੈਂਦੇ ਰਹੇ। ਹੂੰ। ਉਨੀ ਤੱਕ ਗਰੰਟਾ ਲੈਂਦੇ ਰਏ ਔਰ ਐਸੇ ਸਾਡੇ ਕੂਲ ਜਾਂਦੀ ਆ ਕੂਲ ਤੱਕ ਪਾਣੀ ਪਿੱਛੋਂ ਨਹੀਂ ਪਾਣੀ ਪਿੱਛੇ ਬੰਦਿਆ ਉਹਦੇ ਵੀ ਕਰੋ ਲੱਖ ਰੁਪਈਆ ਲੈ ਗਏ ਫਿਰ ਇਹਨਾਂ ਨੇ ਗਲੀਆਂ ਦੇ ਲੈ ਗਏ ਗਲੀਆਂ ਬਣਾਉਂਦੀਆਂ ਗਲੀਆਂ ਵੀ ਹੈ ਨਹੀਂ ਜਦੋਂ ਪਿੰਡ ਹੀ ਹੈ ਨਹੀਂ ਤੇ ਗਲੀਆਂ ਕਿੱਥੋਂ ਆਈਆਂ ਗਲੀਆਂ ਨਾਲੀਆਂ ਸਾਰੀਆਂ ਗਰੰਟਾ ਔਰ ਜਿਹੜੇ ਅਫਸਰ ਉਹਨਾਂ ਨੂੰ ਪਾਸ ਕਰ ਕਰਕੇ ਦੇ ਰਹਿ ਮੈਂ ਕਿਨਾ ਬੜੇ ਬਹੁਤ ਇਹਨਾਂ ਦੀ ਕਿੱਦਾਂ ਦੀ ਸੋਚ ਹੋਊਗੀ ਕਿ ਉਹ ਤੇ ਪਿੰਡ ਦੇਖਿਆ ਨਹੀਂ ਤੇ ਗਲੀਆਂ ਤੇ ਵੀ ਉਹਨਾਂ ਦੇ ਪਾਸ ਕਰ ਦਿੰਦੇ ਆ ਗਰੰਟਾ ਵੀ ਕਰਦੇ ਪ੍ਰਸ਼ਾਸਨ ਸ਼ਾਇਦ ਇਹਨਾਂ ਨੂੰ ਵੀ ਮਿਲ ਜਵੇ ਹਾਈ ਕੋਰਟ ਚ ਤੇ ਗਾਹ ਬਾਕੀ ਹੋਰ ਗੱਲ ਰਹੀ ਆ ਵੀ ਚਲੋ ਇਸ ਕੇਸ ਦਾ ਜਿਹੜੀ ਹੈਗੀ ਹੈਗੀ ਆ ਬਾਕੀ ਹੋਰ ਮੈਂ ਤਿਆਰੀਆਂ ਅਸੀਂ ਤਿਆਰੀ ਕਰ ਰਹੇ ਆ ਇਹ ਆਨਲਾਈਨ ਵੋਟਾਂ ਜਿਹੜੀਆਂ ਬਣਾ ਰਹੇ ਆ ਉਹ ਅਸੀਂ ਵੋਟਾਂ ਦੇ ਵੀ ਕੰਟਰੋਲ ਕਰਾਂਗੇ ਤੇ ਸਿੱਧੂ ਸਾਹਿਬ ਨੂੰ ਮੈਂ ਅਸੀਂ ਗੱਲ ਕਰ ਦਉਂਦੇ ਸੀ ਵੀ ਇਹ ਆਨਲਾਈਨ ਵੋਟਾਂ ਇਦਾਂ ਦੀਆਂ ਬਣਾਉਂਦੇ ਆ ਬਾਹਰਲੇ ਸਟੇਟਾਂ ਦੇ ਜਿਹੜੇ ਆ ਆਧਾਰ ਕਾਰਡ ਇਹਨਾਂ ਦੇ ਕੋਲ ਆ ਆਨਲਾਈਨ ਇਦਾਂ ਹੀ ਵੋਟਾਂ ਬਣਾਈ ਜਾਂਦੇ ਪੰਜਾਬ ਦੇ ਵਿੱਚ ਤੇ ਉਹ ਉਹਨਾਂ ਤੇ ਵੀ ਅਸੀਂ ਕਰ ਲੋ ਇਸ ਪਿੰਡ ਦਾ ਇਸ ਪਿੰਡ ਦੇ ਵਿੱਚ ਕਿੰਨੇ ਕੁ ਵੋਟਰ ਨੇ ਤੇ ਪਿੰਡ ਦਾ ਨਾਂ ਕੀ ਰੱਖਿਆ ਕਿਹੜੇ ਜ਼ਿਲ੍ਹੇ ਚ ਆ ਵੀ ਦੱਸ ਦੋ ਇਹ ਡਿਸਟ੍ਰਿਕਟ ਜਲੰਧਰ ਪੈਂਦਾ ਜੀ ਜਿਹੜਾ ਬਲਾਕ ਹੈਗਾ ਨੂਰ ਮਹਿਲ ਦਾ ਆ ਤੇ 296 ਵੋਟਾਂ ਹੈ ਪਰ 296 ਵੋਟਾਂ ਇਹਨਾਂ ਦੀਆਂ ਲੱਭੀਆਂ ਨਹੀਂ ਉੱਥੇ ਸ਼ਰਸ਼ਨ ਚੱਜ ਨੇ ਦੋ ਦਿਨ ਅਦਾਲਤ ਲਈ ਆ ਤੇ ਉਹਨਾਂ ਨੂੰ ਵੋਟਾਂ ਤਾਂ ਪੂਰੀਆਂ ਲੱਭੀਆਂ ਨਹੀਂ ਘਰ ਨਹੀਂ ਕੋਈ ਅਦਾਲਤ ਕਿੱਥੇ ਲਈ ਇਹ ਵੀ ਦੱਸੋ ਤੇਰੇ ਦੇ ਵਿੱਚੇ ਲਈ ਆ ਪਿੰਡ ਦਾ ਨਾਂ ਕੀ ਰੱਖਿਆ ਉਹ ਪਿੰਡ ਦਾ ਜਿਹੜਾ ਐਲਾਨ ਕੀਤਾ ਇਹ ਪਿੰਡ ਦਾ ਨਾਮ ਰੱਖ ਦਿੱਤਾ ਦਿਬਿਆ ਜੋਤੀ ਜਾਗਰਤੀ ਸੰਸਥਾਨ ਡੇਰੇ ਦਾ ਨਾਇਆ ਜੋਤੀ ਵਿੱਚੋਂ ਕੱਢ ਕੇ ਤੇ ਨਾਲ ਗਰਾਮ ਲਾ ਕੇ ਤੇ ਬਣ ਗਿਆ ਪਿੰਡ ਉਹਨੇ ਨਹੀਂ ਉਸੇ ਤਰੀਕੇ ਨਾਲ ਪਿੰਡ ਜਿਹੜਾ ਆ ਇਹ ਡੇਰੇ ਨੂੰ ਪਿੰਡ ਕਹਿੰਦੇ ਡੇਰੇ ਨੂੰ ਗਰੰਟਾ ਨਹੀਂ ਮਿਲਦੀਆਂ ਇਸ ਕਰਕੇ ਉਹਨਾਂ ਨੇ ਪਿੰਡ ਦਾ ਜਿਹੜਾ ਹਾਈ ਕੋਰਟ ਚ ਕੇਸ ਕਰਤਾ ਜਲਦੀ ਇਹਦਾ ਫੈਸਲਾ ਹੋ ਸਕਦਾ ਹੈ ਪਰ ਧਿਰਕੀ ਨੂੰ ਕਿੰਨੇ ਬਣਾਇਆ ਇਸ ਮਾਮਲੇ ਚ ਤੇਰਾ ਜਿਹੜਾ ਪੰਚਾਇਤ ਨੂੰ ਬਣਾ ਲਿਆ ਵੀਡੀਓ ਦਫ਼ਤਰ ਜਿਹੜੇ ਜਿੰਨੇ ਜਿੰਨੇ ਅਫਸਰ ਸੀਗੇ ਜਿਹੜੇ ਜਿਹੜੇ ਅਫਸਰਾਂ ਨੇ ਸਹਿਨ ਕੀਤੇ ਹੋਇਆ ਉਹਨਾਂ ਨੂੰ ਜਦੋਂ ਇਹ ਚੀਫ ਸੈਕਟਰੀ ਹੋਇਆ ਪੰਜਾਬ ਸਰਕਾਰ ਨੂੰ ਬਣਾਇਆ ਮੈਂ ਪ੍ਰਿੰਸੀਪਲ ਸੈਕਟਰੀ ਬਣਾਇਆ ਜਿਹੜੇ ਨਰੇਗਾ ਦਾ ਰੂਲਰ ਇਹ ਉਹਨੂੰ ਵੀ ਬਣਾਇਆ ਫਿਰ ਪਰਿਸ਼ਦ ਦੇ ਅਫਸਰ ਜਿਹੜੇ ਆ ਜਲੰਧਰ ਵਾਲੇ ਉਹ ਵੀ ਆ ਨਾਲ ਡੀਸੀ ਵੀ ਆ ਫਿਰ ਡਿਪਟੀ ਕਮਿਸ਼ਨਰ ਆ ਐਸਐਸਪੀ ਆ ਵੀਡੀਓ ਆ ਇਹ ਜਿੱਦਾਂ 8 ਜਿਹੜੀਆਂ ਪਾਰਟੀਆਂ ਉਹ ਨਾਲ ਬਣਾਈਆਂ ਤੇ ਪੰਚਾਇਤ ਵੀ ਨਾਲ ਹੀ ਆ ਵਿੱਬਿਆ ਗ੍ਰਾਮ ਤਨੂੰ ਕਿਉਂ ਸ਼ਿਕਾਇਤ ਕਰਨ ਦੀ ਲੋੜ ਪੈਗੀ ਕਿ ਹੋਰ ਬੰਦੇ ਵੀ ਤੁਹਾਡੇ ਨਾਲ ਨੇ ਜਿਹੜੇ ਇਹ ਕਹਿੰਦੇ ਕਿ ਸਰਕਾਰੀ ਪੈਸੇ ਨੂੰ ਚੂਨਾ ਨਹੀਂ ਲੱਗਣਾ ਚਾਹੀਦਾ ਇਹ ਸਿੱਧੂ ਸਾਹਿਬ ਨੇ ਇਹ ਬਕਾਲਤਨਾਮੇ ਤੇ ਇਹਨਾਂ ਦੇ ਸਾਈਨ ਹੋਏ ਹੋਏ ਇਹਨਾਂ ਨੇ ਅਸੀਂ ਦੋ ਸਿੱਧੂ ਸਾਹਿਬ ਕਿਹੜੇ ਸਿੱਧੂ ਸਾਹਿਬ ਦੀ ਗੱਲ ਕਰਦੇ ਹੋ ਨਵਜੋਤ ਸਿੱਧੂ ਦੀ ਹੈ ਨਹੀਂ ਨਹੀਂ ਗੁਰਨਾਮ ਸਿੰਘ ਜੱਤੂ ਤੁਹਾਡੇ ਹੁਣੇ ਸਾਹਮਣੇ ਆ ਗਿਆ ਤੁਸੀਂ ਇਹਨਾਂ ਨਾਲ ਵੀ ਗੱਲਬਾਤ ਕਰੋ ਤੇ ਬਹੁਤ ਵਧੀਆ ਸਾਡਾ ਵਕੀਰ ਸਾਹਿਬ ਜਿਹੜੇ ਬਲਤਾਜ ਸਿੰਘ ਸਿੱਧੂ ਜੀ ਉਹ ਬਹੁਤ ਵਧੀਆ ਤਰੀਕੇ ਨਾਲ ਇਸ ਵੇਲੇ ਕੇਸ ਲੜ ਰਿਹਾ ਹੈ ਅੱਜ ਬਹਿਸ ਬਹੁਤ ਸੋਹਣੀ ਕੀਤੀ ਉਹਨਾਂ ਨੇ ਤੇ ਬਾਕੀ ਤੁਸੀਂ ਹੁਣ ਸਿੱਧੂ ਸਾਹਿਬ ਕੋ ਸਾਰੀ ਗੱਲ ਸੋੜ ਸਕਦੇ ਕਿਉਂ ਇਹ ਇਹਨਾਂ ਨੇ ਕੇਸ ਜਿਹੜਾ ਕੀਤਾ ਹੋਇਆ ਉਹ ਇਹਨਾਂ ਦੇ ਵਕਾਲਤਨਾਮੇ ਉੱਤੇ ਮੇਰੇ ਨਾਲ ਸਹਿਨ ਆ ਇਹ ਅਸੀਂ ਦੋਹਾਂ ਨੇ ਕੇਸ ਕੀਤਾ ਆ ਕੱਲ੍ਹ ਆ ਗੂ ਗੁਰਨਾਮ ਸਿੰਘ ਸਿੱਧੂ ਸਾਡੇ ਨਾਲ ਨੇ ਇਹਨਾਂ ਨੇ ਇਸ ਮਾਮਲੇ ਵਿੱਚ ਕਾਫੀ ਪੈਰਵੀ ਕੀਤੀ ਅਫਸਰਾਂ ਨੂੰ ਵੀ ਮਿਲੇ ਹਾਈ ਕੋਰਟ ਦੇ ਵਿੱਚ ਕੇਸ ਲਜਾਣ ਵਿੱਚ ਇਹਨਾਂ ਨੇ ਪੂਰਨ ਸਿੰਘ ਦੀ ਕਾਫੀ ਮਦਦ ਕੀਤੀ ਆ ਸਿੱਧੂ ਦਾ ਪਹਿਲਾਂ ਇਹ ਦੱਸ ਦੋ ਤੁਹਾਡੀ ਪਾਰਟੀ ਕਿਹੜੀ ਆ ਤੇ ਉਹਦਾ ਕੀ ਆ ਪਾਰਟੀ ਚ ਮੈਂ ਯੂनाइटेड ਅਕਾਲੀ ਦਲ ਦਾ ਸੀਨੀਅਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਆ ਇੱਥੇ ਤਾਂ ਆਵਾ ਹੀ ਉੱਤਿਆ ਗਿਆ ਇੱਕ ਨੂੰ ਕੀ ਰੋਣੇ ਆ ਅਸੀਂ ਤਾਂ ਉਸ ਪਿੰਡ ਦਾ ਸਾਰਾ ਮੌਕਾ ਵੇਖ ਕੇ ਆਏ ਜਿੱਥੇ ਨਾ ਕੋਈ ਗਲੀ ਆ ਨਾ ਕੋਈ ਟਰਾਂਸਫਾਰਮਰ ਆ ਤੇ ਮਤਲਬ ਉੱਥੇ ਕੁਝ ਵੀ ਨਹੀਂ ਹੈ ਵੋਟਾਂ ਵੀ ਬਣ ਗਈਆਂ ਪੰਚਾਇਤ ਵੀ ਬਣ ਗਈਆਂ ਗਰੰਟਾਂ ਵੀ ਮਿਲ ਗਈਆਂ ਕਿ ਡੀਐਨ ਇਹਰ ਕਰਦੀ ਹੈ ਯਾਰ ਔਰ ਦੁੱਖ ਇਹ ਇਸ ਗੱਲ ਦਾ ਕਿ ਹੋਰ ਇਸ ਤਰ੍ਹਾਂ ਦੇ ਬਹੁਤ ਪਿੰਡ ਬਣੇ ਆ ਬਹੁਤਾਂ ਮੋਟਾਂ ਬਣਾਈਆਂ ਇਹਨਾਂ ਨੇ ਅਸੀਂ ਉਹ ਸਾਰਾ ਬੇਰਵਾਹ ਕਰਕੇ ਇਹ ਤਾਂ ਪੰਜਾਬ ਨੂੰ ਲੁੱਟਣ ਤੇ ਆਏ ਆ ਚੋਰ ਇਕੱਠੇ ਹੋਏ ਸਾਰੇ ਬਹੁਤ ਪਿੰਡਾਂ 'ਚ ਇਸ ਤਰ੍ਹਾਂ ਦੇ ਇਹਨਾਂ ਦੇ ਸੈਂਟਰ ਬਣੇ ਆ ਇਸ ਮਾਮਲੇ 'ਚ ਜਿਹੜਾ ਜਾਲੀ ਪਿੰਡ ਬਣਿਆ ਕਿੰਨਿਆਂ ਗਰਾਂਟਾਂ ਖਾ ਗਏ ਪੰਚਾਇਤ ਵਿਭਾਗ ਤੋਂ ਲੈ ਕੇ ਕੋਈ ਗਿਣਤੀ ਹੈ ਤੁਹਾਡੇ ਕੋਲ ਕਿੰਨਾ ਕਰੋੜ ਰੁਪਏ ਜਾਂ ਲੱਖ ਰੁਪਏ ਤਕਰੀਬਨ ਕਰੋੜ ਰੁਪਏ ਖਾ ਗਏ ਆ ਜੇ ਗਿਣਤੀ ਗਿਣ ਕੇ ਨਹੀਂ ਕਿਉਂ ਹਰ ਸਾਲ ਟਰਾਂਸਫਰ ਲਾਇਆ ਲੱਖ ਰੁਪਇਆ ਉਹਦਾ ਲੈ ਲਿਆ 10 ਲੱਖ ਉਹਦਾ ਲੈ ਲਿਆ ਸਰਕਾਰ ਨੂੰ ਆਈਆਂ ਹਰ ਸਾਲ ਤੇ ਉਹ ਜਿਹੜੇ ਲੇਬਰ ਵਿਚਾਰੀ ਕੰਮ ਕਰਦੇ ਨੇ ਉਹਨਾਂ ਦਾ ਆਮੇ ਖਾਈ ਜਾਂਦੇ ਆ ਕੋਈ ਲੇਬਰ ਨਹੀਂ ਕੋਈ ਲੋਡ ਨਹੀਂ ਪਿੰਡ ਹੀ ਨਹੀਂ ਤੇ ਕਿਤੇ ਲੱਗਣਾ ਤੇ ਇੱਕ ਤਾਂ ਤੁਸੀਂ ਹਾਈ ਕੋਰਟ ਚ ਕੇਸ ਕੀਤਾ ਤਾਂ ਕਿ ਸਚਾਈ ਸਾਹਮਣੇ ਆ ਜਾਏ ਇੱਕ ਸਰਕਾਰ ਨੇ ਆਪਣੇ ਲੈਵਲ ਤੇ ਐਕਸ਼ਨ ਲੈਣਾ ਹੁੰਦਾ ਉਹਨਾਂ ਅਧਿਕਾਰੀਆਂ ਦੇ ਖਿਲਾਫ ਜਿਨ੍ਹਾਂ ਨੇ ਗਲਤ ਪਿੰਡ ਬਣਾਇਆ ਗਲਤ ਗਰੰਟਾਂ ਜਾਰੀ ਕੀਤੀਆਂ ਉਹ ਜਿਹੜੀ ਵਿਭਾਗੀ ਜਾਂਚ ਹੁੰਦੀ ਹੈ ਉਹ ਵੀ ਚੱਲ ਰਹੀ ਹੈ ਵਿਭਾਗੀ ਜਾਂਚ ਉਹਨਾਂ ਨੂੰ ਫਿਕਰ ਦਾ ਪੈ ਗਿਆ ਜਦੋਂ ਅਸੀਂ ਵੈਰੀਫਾਈ ਕੀਤਾ ਜੱਜ ਨੇ ਕਿਹਾ ਅਜੇ ਦੱਸੋ ਮੈਨੂੰ ਕਿੱਥੇ ਆ ਉਹਨਾਂ ਨੂੰ ਫਿਕਰ ਪੈ ਗਈ ਅਜੇ ਉਹਨਾਂ ਦੇ ਕੇਸ ਪਾਉਣੇ ਅਜੇ ਪਾਏ ਨਹੀਂ ਆ ਰਿਜ਼ਲਟ ਫੈਸਲਾ ਆਊਗਾ ਹਾਈ ਕੋਰਟ ਦਾ ਫਿਰ ਕੇਸ ਕਿਉਂਕਿ ਅਸੀਂ ਤਾਂ ਸਾਰੀ ਮਜਲੀ ਉਹਨਾਂ ਦੀ ਹੈ ਇਸ ਲਈ ਅਜੇ ਅਸੀਂ ਹਾਈ ਕੋਰਟ ਦੇ ਫੈਸਲੇ ਨੂੰ ਦੇਖਦੇ ਹਾਂ ਪਰ ਉਦੋਂ ਪਹਿਲਾਂ ਜਿਵੇਂ ਨੂਰਮਹਿਲ ਅਸੀਂ ਪਤਾ ਕਰਕੇ ਐਵੇਂ ਸਾਰੇ ਪਤਾ ਕਰਾਂਗੇ ਕਿੱਥੇ ਕਿੱਥੇ ਕਿੰਨੇ ਕਿੰਨੇ ਵੋਟਾਂ ਬਣਿਆ ਕਿੱਥੇ ਕਿਵੇਂ ਗ੍ਰੈਂਡ ਉਹਦੇ ਵੀ ਇਸ ਤਰ੍ਹਾਂ ਜਿਹੜੇ ਦੱਬਿਆ ਗ੍ਰਾਮ ਪਿੰਡ ਬਣਿਆ ਜਿਹਨੂੰ ਆਪਾਂ ਹਵਾਈ ਪਿੰਡ ਵੀ ਕਹਿੰਦੇ ਆ ਜਾਲੀ ਪਿੰਡ ਕਹਿ ਸਕਦੇ ਆ ਕਾਗਜ਼ੀ ਪਿੰਡ ਕਹਿ ਸਕਦੇ ਆ ਉਸ ਮਾਮਲੇ 'ਚ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਉਂਕਿ ਉਹ ਕਹਿੰਦੇ ਨੇ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਉਹਨਾਂ ਨੂੰ ਤੁਹਾਡੀ ਕੀ ਅਪੀਲ ਹੈ ਅਸੀਂ ਇੱਕ ਤਾਂ ਤੁਹਾਡੇ ਚੈਨਲ ਦੇ ਰਾਹੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਉਹ ਉੱਥੇ ਜਰੂਰ ਪਤਾ ਕਰਨ ਤੇ ਉਹ ਜੇ ਹੋਰ ਬਹੁਤ ਆ ਤੇ ਅਸੀਂ ਪਰਸਨਲੀ ਮਿਲਾਂਗੇ ਚੰਨੀ ਜੀ ਨੂੰ ਪਰ ਚੰਨੀ ਜੀ ਭੱਜੇ ਹੀ ਫਿਰਦੇ ਆ ਵਿਚਾਰੇ ਟਿਕਦੇ ਨਹੀਂ ਇੱਕ ਥਾਂ ਤੇ ਜਿੱਦੇ ਮਿਲਣ ਦਾ ਟਾਈਮ ਹੀ ਹੈ ਨਹੀਂ ਉਹਨਾਂ ਕੋਲੇ ਤੁਸੀਂ ਸ਼ਾਇਦ ਟਾਈਮ ਕੱਢ ਸਕੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਤੁਹਾਡੇ ਰਾਹੀਂ ਬੇਨਤੀ ਉਹਨਾਂ ਨੂੰ ਕਰਦਾ ਵੀ ਜਿਹੜੇ ਇਹੋ ਜੇ ਧੋਖੇ ਤੇ ਵੱਡੇ ਵੱਡੇ ਠੱਗੀਆਂ ਤੇ ਹੋਇਆ ਸਭ ਕੁਝ ਉਹਨਾਂ ਬਾਰੇ ਜਰੂਰ ਪਤਾ ਕਰਨਾ ਚਾਹੀਦਾ ਹਾਂ ਸੋ ਪਿੰਡ ਦੱਬਿਆਗ੍ਰਾਮ ਬਣਾਇਆ ਜਿੱਥੇ ਦਾ ਸਰਪੰਚ ਵੀ ਬਣਾ ਲਿਆ ਪਰ ਉੱਥੇ ਵੋਟਾਂ ਜਾਲੀ ਨੇ ਪਿੰਡ ਦੇ ਨਾਂ ਤੇ ਜ਼ਮੀਨ ਨਹੀਂ ਪਿੰਡ ਦੇ ਨਾਂ ਤੇ ਬਿਜਲੀ ਕਨੈਕਸ਼ਨ ਨਹੀਂ ਜਿਸ ਕਾਰਨ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ ਹੋਇਆ ਹਾਈ ਕੋਰਟ ਦੇ ਵਿੱਚ ਦੋਨੇ ਤਰ੍ਹਾਂ ਦੀ ਜਿਹੜੀ ਵੈਸ ਹੈ ਉਹ ਜਾਰੀ ਹੈ ਤੇ ਜਲਦੀ ਹੀ ਇਸ ਮਾਮਲੇ ਬਾਰੇ ਫੈਸਲਾ ਹੋ ਜਾਏਗਾ ਕੀ ਪਿੰਡ ਜਾਲੀ ਕਿੰਨਾ ਨੇ ਬਣਾਇਆ ਕਿੰਨੀਆਂ ਗਰਾਂਟਾਂ ਖਾਦੀਆਂ ਤੇ ਉਹਨਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਪਲ-ਪਲ ਦੀ ਜਾਣਕਾਰੀ ਇਸ ਮਾਮਲੇ ਤੇ ਤੁਹਾਨੂੰ ਦਿੰਦੇ ਰਹਾਂਗੇ ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੁੱਕਰ ਚੰਡੀਗੜ੍ਹ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ ਭਾਵੇਂ 649 ਜਾ ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ नतीजा कहने तो बाहर है तुरंत संपर्क करो तो हड्डी हर गल गुप्त रखी जाएगी अलीशा बेगम वर्ल्ड फेमस बाबा सलीम खान एक बार गोल्ड मेडलिस्ट सारिया था तो निराश और मायूस होने वाले एक बार फोन जरूर करो जिम्मे चाहोगे उमे होएगा इट्स माय प्रॉमिस इमीडिएटली रिजल्ट ओपन चैलेंज इलमा दे माहिर ए टू जेड समस्यावान फोन से घर बैठे करवाओ हल वशीकरण से मुठ करनी लव मैरिज सौतन से दुश्मन तो छुटकारा पक्का कम पक्का हल एक सौ अष्टाम पेपर समेत सब तो पहला काम करने का वादा नौकरी प्रमोशन कारोबार च परेशानी घर चगड़ा कोर्ट केस तलाक ਪ੍ਰੋਪਰਟੀ ਝਗੜਾ ਪਤੀ ਪਤਨੀ ਚੰਪਨ ਜਾ ਡੂਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾ ਤੋੜਵਾਓ ਰੂਸੇ ਨੂੰ ਮਣੋਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 9819937460 ਨਾ ਤੂੰ ਫੇਰ ਝੰਡਾ ਚੁੱਕ ਲਿਆ ਤੂੰ ਪੰਜੇ ਵਾਲਾ ਝੰਡਾ ਚੁੱਕੀ ਰੱਖਿਆ ਤੇ ਹੁਣ ਕੇਸਰੀ ਚੁੱਕ ਲਿਆ ਮੂਰਖ ਸਮੈਂ ਕਮਲਾ ਹੋ ਗਿਆ ਸਾ ਝੂਠੇ ਲਾਰਿਆਂ ਵਿੱਚ ਫਸ ਗਿਆ ਸੀ ਮੈਂ ਕਹਿੰਦੇ ਸੀ ਸਾਰੇ ਕਰਜ਼ੇ ਮਾਫ ਕਰ ਦੇਾਂਗੇ ਸਹੂਲਤਾਂ ਮਿਲਣ ਗਈਆਂ ਮਿਲ ਗਈਆਂ ਫਿਰ ਸੁਆ ਕਰਜ਼ਾ ਮਾਫ਼ ਕਰਨਾ ਤੇ ਦੂਰ ਨਾਲ ਦਾ ਖੇਤ ਵੀ ਬੈਂਕ ਵਾਲੇ ਲੈ ਗਏ ਆਰਤੀ ਦੇ ਤਰਲੇ ਕਰ ਕਰ ਕੇ ਮਸਾ ਇੱਕ ਛੋਟਾ ਖੇਤ ਬਚਿਆ ਇਹਦੇ ਨਾਲੋਂ ਤਾਂ ਬਾਦਲ ਕਿਤੇ ਚੰਗੇ ਸੀ ਹਾਂ ਉਹ ਗਰੀਬਾਂ ਬਾਰੇ ਸੋਚਦਾ ਸੀ 200 ਯੂਨਿਟ ਬਿਜਲੀ ਤੇ ਫ੍ਰੀ ਸੀ ਆਟਾ ਦਾਲ ਪੈਨਸ਼ਨ ਸਭ ਟਾਈਮ ਸਰ ਮਿਲ ਜਾਂਦਾ ਸੀ ਆਪਣੀ ਜੋਤੀ ਦੇ ਵਿਆਹ ਦਾ ਸ਼ਗਨ ਵੀ ਤੇ ਝਟਪਾਟੀ ਮਿਲ ਗਿਆ ਸੀ ਸਿਹਤ ਬੀਮਾ ਸੀ ਪਿੰਡਾਂ ਦੀ ਨੁਹਾਰ ਬਦਲਣ ਲਈ ਖੁੱਲੇ ਗਰੰਟਾਂ ਦੇ ਗੱਫੇ ਬਥੇਰਾ ਕੁਝ ਹੋਇਆ ਹੁਣ ਕਰੀਏ ਕੀ ਕਰਨਾ ਕੀ ਹੈ ਐਤ ਕੀ ਉਹਦੀ ਬਾਹ ਫੜਨੀ ਹੈ ਜਿਹੜਾ ਸਮਝੇ ਸਾਡੇ ਦਰਦਾਂ ਨੂੰ